ਅਸੀਂ ਛੋਟੇ ਤੇ ਛੋਟੇ ਵਰਗੇ ਛੋਟੇ ਭਰਾ ਛੋਟੇ ਪੁੱਤ ਛੋਟੇ ਭਤੀਜੇ ਬਣ ਕੇ ਆਇਆ ਮੇਰਾ ਵੀ ਕਲਾਕਾਰੀ ਫਿਲਮ ਨਾ ਦਿਵਾਓ ਮੈਂ ਨਾ ਕਰੂੰ ਮੇਰਾ ਵੀ ਭਾਈ ਪਿੱਛੇ ਦਾ ਕਰਿਓ ਭਾਈ ਪੁਲਿਸ ਪ੍ਰਸ਼ਾਸਨ ਦਾ ਖੜਾ ਰਹੂ ਇਹਦੀ ਡਿਊਟੀ ਹੈ ਆਪਾਂ ਬੈਠਣਾ ਇਹ ਤਾਂ ਬਸ ਦੀ ਮੈਂ ਗੱਲ ਕਰਦਾ ਮੈਨੂੰ ਪਤਾ ਨਹੀਂ ਹਿਸਾਬ ਚ ਨਹੀਂ ਹੋਣੀ ਗੱਲ ਜੇ ਤੁਸੀਂ ਮੇਰੇ ਕੁਛ ਗੱਲਾਂ ਲੈ ਕੇ ਰਹੇ ਆ ਜੇ ਤੁਸੀਂ ਮੇਰੀਆਂ ਗੱਲਾਂ ਸੁਣੀਆਂ ਤਾਂ ਮੇਰਾ ਭਰਾ ਭੇਜ ਦਿਓ ਹੱਥ ਬਣ ਕੇ ਬੀਜ ਦੇ ਮੇਰਾ ਭਾਈ ਪਾਲੇ ਤੋਂ ਮੇਰਾ ਬਹਿ ਜਾ ਮੇਰਾ ਵੀਰ ਆ ਜਾ ਵੀਰ ਬਹਿ ਜਾ ਸ਼ਾਬਾਸ਼ ਮੇਰਾ ਵੀਰ ਬਹਿ ਜਾ ਤੁਹਾਡੇ ਵੀਰ ਬਹਿ ਜਾ ਵੱਡੇ ਭਾਈ ਬਹਿ ਜਾ ਵੀਰ ਭਾਈ 10 ਮਿੰਟਾਂ ਕੰਮ ਵਾਲੇ ਸ਼ੁਰੂ ਦਾ ਹੱਥ ਪਾਏਗੀ ਸਾਡੇ ਪਾਟਿਆਂ ਦੇ ਫਿਰ ਤੁਸੀਂ ਕਹਿੰਦੇ ਹੋ ਇੰਡੀਆ ਦਾ ਮੇਰੇ ਪੈਰ ਲੱਗੀ ਆਪ ਨਹੀਂ ਕਰੇ ਠੀਕ ਹੈ ਕੋਈ ਨਹੀਂ ਕਿੰਨੀ ਚਲੋ ਬਾਈ ਚਲੋ ਚਲੋ ਸੁਣ ਜਿਹੜੀ ਹੈ ਇਹ ਕਵਾ ਵੀ ਮੈਨੂੰ ਕਿ ਹੱਥ ਪਾਵੇਗੀ ਸਾਡੇ ਪਾਣਿਆਂ ਤੇ ਹੋ ਤੇਰਾ ਕਾਟਾ ਤੇਰਾ ਪਾਣੇ ਦੀ ਕੀ ਕਲ ਮੁਕਣੀ ਨਹੀਂ ਧਰਨਿਆਂ ਤੇ ਐ ਸੁਣ ਜਿਹੜੀ ਹੈ ਇਹ ਕਵਾ ਵੀ ਮੈਨੂੰ ਕਿ ਹੱਥ ਪਾਵੇਗੀ ਸਾਡੇ ਪਾਣਿਆਂ ਤੇ ਨਹੀਂ ਤਾਂ ਦੂਜਿਆਂ ਬਾਬੂ ਨੂੰ ਪਛਤਾਏਗਾ ਕਰਦਿਆਂ ਤੇ ਨੀ ਸੁਣਦੀ ਹੈ ਘਬਰਾ ਨੀ ਤਾਂ ਤੈਨੂੰ ਜੇ ਹੱਥ ਪਾਵੇਗੀ ਸਾਡੇ ਪਾਸਾ ਬਣਾ ਪਿਆ ਬਾਟੇ ਚ ਵੀ ਨੀ ਗੱਲ ਮੁੱਕਣੀ ਨੀ ਧਰਨਿਆਂ ਦੇ ਕੁਝੇ ਬਚਾਈ ਉਹਨੂੰ ਮਾਰੇ ਨੀ ਦੱਸ ਸਕਦੇ ਨਾ ਭੋਲਾ ਨੀ ਗੁਣੀਆਂ ਡਰਦੀਆਂ ਨੇ ਸ਼ੇਰ ਨਾ ਡਰਦਾ ਜਾਂਦਿਆਂ ਦੇ ਸੁਣ ਲਈਏ ਇੱਕ ਭਾਰ ਦੀ ਤੈਨੂੰ ਜੇ ਹੱਥ ਪਾਵੇਗੀ ਸਾਡੇ ਜੇ ਨਹੀਂ ਕੰਮ ਚੱਲੀ ਗਿਆ ਮੋਦੀ ਸਾਹਿਬ ਨੇ ਬਿੱਲ ਪਾਸ ਕਰਕੇ ਕਦੀ ਸਾਨੂੰ ਕਾਰਵਾਈ ਨਹੀਂ ਕੀਤੀ ਪੰਜਾਬ ਦੇ ਦੇਸ਼ ਦੇ ਲੋਕਤੰਤਰ ਨੂੰ ਕਾਰਵਾਈ ਕੀਤੀ ਹੈ ਇੱਕ ਚੈਨਲ ਚੱਲਦਾ ਨੈਸ਼ਨਲ ਚੈਨਲ ਰਾਜ ਸਭਾ ਟੀਵੀ ਆਪਣੇ ਨਾਮ ਨਾਲ ਕੋਈ ਨਹੀਂ ਦੇਖਣਾ ਉਹਦੇ ਉੱਤੇ ਸੈਸ਼ਨ ਚੱਲਦਾ ਕੋਈ ਬਿੱਲ ਪਾਸ ਹੁੰਦਾ ਮਤਾ ਪਾਸ ਹੁੰਦਾ ਉਹ ਬੰਦ ਕੀਤਾ ਜਾਂਦਾ ਯਾਨੀ ਕਿ ਉੱਥੇ ਸ਼ੋਰ ਸਾਰਾ ਕੀਤਾ ਲਾਈਵ ਕੀਤਾ ਜਾਂਦਾ ਪਰ ਜਿੱਦਣ 20 ਸਤੰਬਰ ਨੂੰ ਇਹ ਮਤਾ ਬਣਾ ਰਹੇ ਸੀ ਦੋ ਸਿਸਟਮ ਹੁੰਦੇ ਨੇ ਇੱਕ ਤਾਂ ਹੁੰਦਾ ਵਾਇਸ ਬਾਕਸ ਸਿਸਟਮ ਦੂਜਾ ਸਿਸਟਮ ਹੁੰਦਾ
ਦਵੀਰ ਸਿਸਟਮ ਵੋਟਾਂ ਮਾਰੀਆਂ ਜਾਂਦੀਆਂ ਨੇ। ਜੇ ਪਹਿਲਾਂ ਵੋਇਸ ਮੇਲ ਸਿਸਟਮ ਦੇ ਵਿੱਚ ਨਹੀਂ ਪਾਈ ਜਾਂਦੀਆਂ ਤਾਂ ਦੂਜਾ ਦਿੱਲੀ ਵਿੱਚ ਮੰਨੀਆਂ ਜਾਂਦੀਆਂ। ਮੰਨ ਲਓ ਆਪਾਂ ਇੱਥੇ 100 ਬੰਦਾ ਬੈਠਾ, 100 ਬੰਦੇ ਦਾ ਆਪਾਂ ਕੋਈ ਮਤਾ ਪਾਸ ਕਰਨਾ, ਜਿਹੜਾ 100 ਬੰਦਾ ਥੱਲੇ ਆ ਕੇ ਕਹਿੰਦਾ ਨਹੀਂ ਹਾਂ ਅਸੀਂ ਆਪਦਾ, ਜੇ ਵੋਟ ਕਹਿੰਦਾ ਤਾਂ ਫਿਰ ਦਿੱਲੀ ਸਿਸਟਮ ਆ ਗਿਆ। ਪਰ ਇਹਨਾਂ ਨੇ ਪਤਾ ਕੀ ਕੀਤਾ, ਇਹਨਾਂ ਨੇ ਨਾ ਦਿੱਲੀ ਸਿਸਟਮ ਕਰਵਾਇਆ, ਵੋਇਸ ਮੇਲ ਦਾ ਚੱਕ ਵਾਲਾ ਕਰਕੇ ਰਾਜ ਸਭਾ ਦਾ ਟੀਵੀ ਬੰਦ ਨਹੀਂ ਕਰਤਾ ਕਿ ਇੱਥੋਂ ਵੱਡੀ ਲੋਕਤੰਤਰ ਨੂੰ ਕੋਈ ਅਵਸਰ ਨਹੀਂ ਹੈ। ਰਾਜ ਕਰਨਾ ਜਦੋਂ ਜਦ ਕਰੋ, ਅਸੀਂ ਖੁਦ ਕਹਿੰਦੇ ਤੁਸੀਂ ਰਾਜ ਕਰੋ, ਪਰ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਕੰਮ ਕਰਦੇ ਨੇ। ਸਾਨੂੰ ਸਾਰੇ ਪਿੰਡ ਦੇ ਕਈ ਆ ਜਿਹੜਾ ਦੋ ਤਿੰਨ ਹੁੰਦੇ ਵੀ ਵਿਚਾਰੇ ਬਜ਼ੁਰਗ ਆਪਣੇ ਕਹਿੰਦਾ ਕੰਜਰ ਦੇ ਮੁਰਗੀਆਂ ਦੀਆਂ ਗਿੱਟੀਆਂ ਵਾਲੇ ਡਿੱਗ ਰਹੇ ਨੇ ਕੀ ਕਰਦੇ ਹੈਗਾ। ਫਿਰ ਮੁੜ ਕੇ ਮੈਂ ਕਿਹਾ 600 ਮੁਰਗੀਆਂ ਗਿੱਚੀ ਇਹਨਾਂ ਦਾ ਅਨੁਵਾਦ ਕਿਹੜੀ ਚੱਲੋ ਹੁਣ, ਠੀਕ ਹੈ ਨਾ ਜੀ। ਇਹ ਮੁਰਗੀਆਂ ਗਿੱਚੀਆਂ ਵਾਲੇ ਇਹ ਜਿਹਨਾਂ ਨੂੰ ਤੁਸੀਂ ਮਰੀ ਫਿਰ ਦੱਸਦੇ ਹੋ, ਇਹਨਾਂ ਨੇ ਸੂਝਵਾਨ ਨਾਗਰਿਕ ਬਣਨਾ ਦੇਸ਼ ਦੇ। ਸੋ ਸਾਰੇ ਜਵਾਕ ਹੁੰਦੇ ਨੇ, ਸਾਰੇ ਜਵਾਨ ਹੁੰਦੇ ਨੇ, ਸਾਰੇ ਸੂਝਵਾਨ ਬਣਦੇ ਨੇ। ਕੋਈ ਮਾਂ ਦੇ ਢਿੱਡੋਂ ਸਿਆਣਾ ਦੇਣ ਕੇ ਨਹੀਂ ਆਉਂਦਾ, ਹਾਲਾਤ ਹੜਾਉਂਦਾ, ਵਕਤ ਹੜਾਉਂਦਾ, ਉਹਨੂੰ ਫੇਰ ਪਤਾ ਲੱਗਦਾ ਕੀ ਸਹੀ ਹੈ ਤੇ ਕੀ ਗਲਤ ਹੈ। ਤੇ ਮੈਂ ਤੁਹਾਨੂੰ ਅੱਜ ਇਹ ਇੱਕ ਥੋਪ ਤੇ ਦਾਵਾ ਕਰਦਾ ਕਿ ਇਹਨਾਂ ਮੁੰਡੀਆਂ ਗਿੱਚੀਆਂ ਵਾਲਿਆਂ ਨੇ, ਐਸੇ ਲੋਕਾਂ ਨੇ ਜਿਨ੍ਹਾਂ ਨੂੰ ਤੁਸੀਂ ਮੰਦੀਰ ਕਹਿੰਦੇ ਨੇ, ਧਰ ਧਰ ਫੜ ਲੈ। ਬਹੁਤ ਬਹੁਤ ਧੰਨਵਾਦ ਜੀ। ਇਹੀ ਨੌਜਵਾਨਾਂ ਨੇ ਪਹਿਲਾਂ ਅੰਗਰੇਜ਼ ਭਜਾਏ ਸੀਗੇ ਦੇਸ਼ ਦੇ ਵਿੱਚੋਂ, ਸਰਦਾਰ ਭਗਤ ਸਿੰਘ ਰਾਜਗੁਰੂ ਸਿਰਦੇਵ ਵਰਗੇ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਭਜਾਏ ਸੀਗੇ। ਜਦ ਭਾਰਤ ਜੇ ਭਾਰਤਾਂ ਦੀ ਖੁਸ਼ੀ ਮਾਣ ਰਿਹਾ ਸਾਡੇ ਨੌਜਵਾਨਾਂ ਕਰਕੇ ਮਾਣ ਰਿਹਾ, ਇਹੀ ਨੌਜਵਾਨਾਂ ਨੇ ਜਿਹੜੇ ਬਾਈ ਨੇ ਪਹਿਲਾਂ ਗੱਲ ਕੀਤੀ ਕਰਤਾ, ਇਹੀ ਆਪਣੇ ਯਾਦ ਰੱਖਿਆ ਗੱਲ ਨੂੰ। ਇੱਕ ਪ੍ਰਦਰਸ਼ਨ ਕੀਤਾ ਇਹਦੇ ਚ ਮੇਰੇ ਪੰਜ ਕਲਾਕਾਰ ਵੀਰ ਕੋਲਾ ਖਾਨ, ਅੰਮ੍ਰਿਤ ਮੋਹਨ ਭਾਈ ਭਾਨਾ, ਆਪਣਾ ਆਰਨੇਤ ਵੀਰ, ਠੀਕ ਹੈ ਮੈਂ ਚਲੋ ਆਪਣੇ ਪੰਜ ਕਲਾਕਾਰ ਦਵਿੰਦਰ ਬਰਾੜਵੀਰ, ਬਲਕਾਰ ਅੰਕੀਲਾ ਬਾਈ, ਦੀਪਾ ਮਨਜਿੰਦਰ ਗੋਸ਼ਲ ਜੀ, ਸਾਰੇ ਕਲਾਕਾਰਾਂ ਨੇ ਆਪਣੀ ਆਪਣੀ ਸ਼ਮੂਲੀਅਤ ਕੀਤੀ ਹੈ। ਭੈਣ ਮਨਜੋਤ ਕੌਰ ਲੰਬੀ, ਜਿੰਨੇ ਵੀ ਮੇਰੇ ਹੋਰ ਵੀ ਬੈਠੇ ਨੇ, ਇਹਨਾਂ ਦਾ ਤਾਂ ਸ਼ੁਕਰੀਆ ਅਦਾ ਕਰਨਾ ਬਣਦਾ ਹੀ ਹੈ। ਪਰ ਮੈਂ ਜਿੰਨੀਆਂ ਮੇਰੀਆਂ ਮਾਵਾਂ ਭੈਣਾਂ, ਮੇਰੇ ਪੁਲਿਸ ਵਾਲੇ ਵੀਰ ਜੋ ਪ੍ਰਸ਼ਾਸਨ ਨੂੰ ਮੁਨਕੇਰ ਕਰ ਰਹੇ ਨੇ, ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਤੇ ਸਭ ਤੋਂ ਵੱਧ ਸ਼ੁਕਰੀਆ ਅਦਾ ਕਰਦਾ ਖਾਲਸਾ ਏਡ ਜਿਹੜੀ ਮੁਫ਼ਤ ਬੰਦਾ ਲੈ ਕੇ ਆਈ ਇੱਥੇ। ਜ਼ੋਰਦਾਰ ਤਾੜੀ ਮਾਰ ਦਿਓ ਜੀ। ਇਹ ਉਹ ਲੋਕ ਨੇ ਜਿਹੜੇ ਚਾਂਦੀਆਂ ਗੋਲੀਆਂ ਦੇ ਵਿੱਚ ਆਰਾਮ ਵਿੱਚ ਪਹੁੰਚ ਜਾਂਦੇ ਨੇ, ਤੇ ਇਹਨਾਂ ਨੂੰ ਕੀ ਆਉਂਦਾ, ਇਹਨਾਂ ਵੀ ਅਸੀਂ ਤੁਹਾਡੇ ਮਿਲ ਹੀ ਰਹਾਂਗੇ ਜਿਹਨਾਂ ਨੇ ਆਪ ਖੋਜ ਕਰਕੇ ਇੱਥੇ ਆਏ ਨੇ। ਕਹਿੰਦੇ ਭਾਈ ਤੁਸੀਂ ਧਰਨਾ ਲਾ ਰਹੇ ਹੋ, ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨੀ ਅਸੀਂ ਲੰਗਰ ਪਹੁੰਚਾਉਣਾ। ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਮੇਰੇ ਵੀਡੀਓ, ਇਹੋ ਜਿਹੇ ਲੋਕ ਚਾਹੁੰਦੇ ਨੇ ਤਾਂ ਹੀ ਆਪਣੀ ਹੋਂਦ ਬਰਕਰਾਰ ਹੈ। ਚੰਗੇ ਲੋਕ ਜੇ ਨਾ ਹੋਣ ਤਾਂ ਇਹ ਦੁਨੀਆਂ ਦਾ ਸੁਪਨਾ ਨਾ ਸੁਣ ਜਾਵੇ, ਪਰ ਉਹ ਇਹਨਾਂ ਦਾ ਹੌਸਲਾ ਅਫਜ਼ਾਈ ਕਰਨੀ ਜ਼ਰੂਰੀ ਹੈ। ਹੁਣ ਤੁਹਾਡੇ ਵਿਚਕਾਰ ਕੁਝ ਮਿੰਟਾਂ ਵਿੱਚ ਕਿਸਾਨਾਂ ਦਾ ਮਸੀਹਾ ਬਣ ਕੇ, ਅੱਜ ਕਿਸਾਨਾਂ ਦਾ ਮਸੀਹਾ ਬਣ ਕੇ ਪੰਜਾਬ ਦਾ ਪੁੱਤ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨ ਲੱਗਾ,
ਜਿਹੜਾ ਆਪਣੀ ਦਸਤਾਰ ਨੂੰ ਲੈ ਕੇ ਪੂਰੇ ਵਾਲ ਤੁਮਾ ਪਾਈਆਂ ਉਹ ਵੀ ਮੇਰਾ ਵੀਰ ਸਾਡੀ ਧੜਕਣ ਹੈ ਤੇ ਫਿਰ ਇੱਥੇ ਸਾਡੇ ਵਿਚਕਾਰ ਮੈਂ ਪੂਰੇ ਜਿਹੜੇ ਡਾਕਟਰ ਦਾ ਨਾਂ ਲਵਾਂ ਉਹ ਵੀ ਸਾਡੇ ਵਿਚਕਾਰ ਖੜੇ ਨੇ ਮੈਂ ਪੁਲਿਸ ਵਾਲੇ ਵੀਰ ਨੂੰ ਬੇਨਤੀ ਕਰਦਾ ਕਿ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਕਿਸਾਨਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲੇ ਨੂੰ ਬਈ ਸਟੇਜ ਤੇ ਵਾਹਿਗੁਰੂ ਜੀ ਕਾ ਖਾਲਸਾ ਉਹ ਕਿਸਾਨਾਂ ਦੇ ਦਿਲਾਂ ਦੀ ਧੜਕਣ ਕਿਸਾਨਾਂ ਦਾ ਵਸੀਆ ਮੰਨ ਕੇ ਸਿੱਧੂ ਮੂਸੇਵਾਲਾ ਤੁਹਾਡਾ ਪਿਆਰ ਜਿਹੜਾ ਕਮਾਲ ਤੇ ਜੇ ਤੁਸੀਂ ਨਾ ਨਾ ਬੈਠੇ ਕੋਈ ਗੱਲ ਨਹੀਂ ਹੁੰਦੀ ਮੈਂ ਬੇਨਤੀ ਕਰਦਾ ਕਿ ਸਾਰੇ ਬੈਠ ਜਾਓ ਬੋਲੋ ਕਿਰਪਾ ਕਰਕੇ ਸਟੇਜ ਤੇ ਫੜਾ ਦਿਓ ਕਲਾਮ ਸਿੱਧੂ ਜੀ ਦਾ ਬੰਦੇ ਆਪ ਦੀ ਤੁਸੀਂ ਮੋਹਰ ਲਾ ਦਿਓ ਮੇਰ ਸਿੱਧੂ ਜੀ ਦਾ ਮੇਰ ਤੁਹਾਨੂੰ ਪਤਾ ਕੀ ਆ ਰਿਹਾ ਬੰਦੇ ਆਪ ਦਾ ਪ੍ਰਸ਼ਾਸਨ ਹੈਗਾ ਅੰਮ੍ਰਿਤ ਬਾਈ ਆਪ ਦੇ ਬੰਦੇ ਸਾਡੇ ਦਾ ਪ੍ਰਸ਼ਾਸਨ ਹੈਗਾ ਅੰਮ੍ਰਿਤ ਬਾਈ ਜਿਹੜੇ ਆਪਣੇ ਬੰਦੇ ਨੇ ਗਏ ਆਪ ਦੇ ਬੰਦੇ ਨੇ ਗਏ ਸਰਤ ਹੋਇਆ ਪ੍ਰਸ਼ਾਸਨ ਹੈਗਾ ਰੱਖਿਆ ਕਰਨ ਦੀ ਆ ਕਲਾਮ ਸਿੱਧੂ ਦੇ ਬੰਦੇ ਨੇ ਸਰਤ ਬਾਈ ਆਪਣੇ ਗਿਆ ਤੁਸੀਂ ਆਪਣੇ ਆਪ ਦੀ ਵਾਲੇ ਹੋ ਆਪਣੇ ਪੁੱਤ ਪਾਇਆ ਖੁਦਾ ਦਾ ਵੈਰ ਹੁੰਦਾ ਕਿੰਨਾ ਕੁਛ ਝੱਲੀ ਗਈ ਹੈ ਸਾਡੀਆਂ ਸਾਡੀਆਂ ਫਸਲਾਂ 6-6 ਮਹੀਨੇ ਵੇਟ ਕਰੀ ਦੀ ਹੈ 6-6 ਮਹੀਨੇ ਧੁੱਪ ਨਹੀਂ ਵੇਖਦਾ ਛਾਂ ਨਹੀਂ ਵੇਖਦਾ ਸਾਡਾ ਪਿਓ ਪਹਿਲਾਂ ਖੇਤਾਂ ਚ ਵੇਖਦਾ ਤੇ ਪਰਿਵਾਰ ਦਾ ਢਿੱਡ ਭਰਦੀ ਪਰ ਕੀ ਮਿਲਦਾ ਹੈ ਫਿਰ ਦੱਸਦੇ ਫਿਰ ਦੰਦਾ ਦੰਦਾ ਖਾਣ ਪਤਾ ਨਹੀਂ ਆ ਨੌਜਵਾਨ ਕਿਸਾਨ ਅਸੀਂ ਇਹਦਾ ਨਾਮ ਤਾਂ ਰੱਖਿਆ
ਕਿ ਜਿਹੜੇ ਵੀ ਮੇਰੇ ਬਿਲਕੁਲ ਨੌਜਵਾਨ ਹੈ, ਪਹਿਲਾਂ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸੈਲਫੀਆਂ ਫੋਟੋਆਂ ਸਟੋਰੀਆਂ ਪਾਉਣ ਆਪਾਂ ਨਹੀਂ ਇਕੱਠੇ ਹੋਏ। ਇਹ ਮੁੱਦਾ ਸੀਰੀਅਸ ਹੈ। ਜਦੋਂ ਸਿਆਣੇ ਚਾਰ ਬੰਦੇ ਇਕੱਠੇ ਹੋ ਕੇ ਮੁੱਦੇ ਫੜੇ ਨੂੰ ਦੇਖਦੇ ਆ ਨਾ, ਉਹ ਕਹਿੰਦੇ ਮੁੜੀ ਹੀ ਫੁੱਲਦੀ ਹੈ। ਸੋ ਅੱਜ ਮੁੜੀਰਾਂ ਦਾ ਟੈਗ ਨਾ ਲਗਾਓ ਆਪਦੇ ਤੇ, ਮੇਰਾ ਵੀ ਸ਼ਾਂਤੀਆਂ ਬਹਿ ਕੇ ਸੁਣੋ। ਇੱਥੇ ਬਹੁਤ ਵੱਡੇ ਬਹੁਤ ਸੀਨੀਅਰ ਬੁਲਾਰੇ ਵੀ ਪਹੁੰਚੇ ਹੋਏ ਜਿਹਨਾਂ ਨੇ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨੇ। ਸਾਰੇ ਮੇਰੇ ਵੀਰ ਬੈਠੋ, ਬਾਰ ਬਾਰ ਕਹਿੰਦੇ ਚੰਗੇ ਨਹੀਂ ਲੱਗਦੇ, ਆਪਣੇ ਹੱਕ ਨੇ ਇਹ, ਕਿਸੇ ਫਿਲਮ ਦੀ ਪ੍ਰਮੋਸ਼ਨ ਨਹੀਂ, ਇਹ ਕਿਸੇ ਗਾਣੇ ਦੀ ਮਸ਼ਹੂਰੀ ਨਹੀਂ, ਇਹ ਆਪਣੇ ਹੱਕ ਨੇ। ਸੋ ਮੇਰਾ ਵੀਰ, ਸਮਾਂ ਇਕਜੁੱਟ ਹੋਣ ਦਾ ਸਮਾਂ, ਆਰਡੀਨੈਂਸ ਜਿਹੜਾ ਬਿੱਲ ਹੈ ਇਹ ਪਾਸ ਹੋਇਆ। ਸੋ ਸਾਡਾ ਵੀਰ ਭਾਰਾ ਅੱਗੇ ਜਿਵੇਂ